ਮਕੇਰੀਆਂ 'ਚ ਜਲੰਧਰ ਪਠਾਨਕੋਟ ਮੁੱਖ ਮਾਰਗ 'ਤੇ ਆਰਮੀ ਗਰਾਊਂਡ ਦੇ ਸਾਹਮਣੇ ਟਰੈਕਟਰ ਟਰਾਲੀ, ਰਾਜਧਾਨੀ ਬੱਸ ਅਤੇ ਸਕਾਰਪੀਓ ਵਿਚਾਲੇ ਹੋਏ ਸੜਕ ਹਾਦਸੇ ਵਿੱਚ 5 ਵਿਅਕਤੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ 'ਤੇ ਥਾਣਾ ਮਕੇਰੀਆਂ ਅਤੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਹਾਦਸੇ ਦੇ ਜ਼ਖਮੀਆਂ ਨੂੰ ਸਿਵਲ ਹੋਸਪਿਟਲ ਮਕੇਰੀਆਂ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਗੜਦੀਵਾਲਾ ਤੋਂ ਪਠਾਨਕੋਟ ਨੂੰ ਜਾ ਰਹੀ ਸੀ ਅਤੇ ਜਦੋਂ ਮਕੇਰੀਆ ਵਿਖੇ ਪਹੁੰਚੀ ਤਾਂ ਬੱਸ ਵੱਲੋਂ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਹਾਦਸਾ ਵਾਪਰ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੱਸ ਤੇਜ਼ ਰਫ਼ਤਾਰ ਸੀ, ਜਿਸ ਕਰਕੇ ਬੱਸ ਦਾ ਸੰਤੁਲਨ ਖਰਾਬ ਹੋ ਗਿਆ ਅਤੇ ਇਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਦੇ ਨਾਲ ਹੀ ਇਸ ਦੀ ਚਪੇਟ ਵਿੱਚ 2 ਹੋਰ ਗੱਡੀਆਂ ਆ ਗਈਆਂ। ਹਾਂਜੀ, ਗੜਦੀਵਾਲ। ਅੱਛਾ, ਬੱਸ ਕਿੱਥੇ ਜਾ ਰਹੀ? ਬੱਸ ਪਠਾਨਕੋਟ ਜਾ ਰਹੀ। ਅੱਛਾ, ਕੀ ਕਾਰਨ ਰਿਹਾ ਐਕਸੀਡੈਂਟ ਦਾ? ਕਾਰਨ ਕੀ ਹੈ? ਅੱਛਾ, ਬੱਸ ਕੱਲ੍ਹ ਤੋਂ ਬੱਸ ਕੰਟਰੋਲ ਨਹੀਂ ਆਈ, ਅੱਗੇ ਟਰਾਲੀ ਲੱਗੀ ਹੋਈ ਅਤੇ ਕੰਟਰੋਲ ਨਹੀਂ, ਬੱਸ ਜ਼ਿਆਦਾ ਰਫ਼ਤਾਰ ਤੇਜ਼ ਸੀ, ਬ੍ਰੇਕ ਮਾਰੀ ਕਿਤੇ ਬ੍ਰੇਕ ਮਾਰੀ, ਸਾਰੀਆਂ ਸਵਾਰੀਆਂ ਇਕੱਠੀਆਂ ਹੋ ਗਈਆਂ। ਕੋਈ ਬੱਚਾ ਕਿਤੇ, ਕੋਈ ਕਿਤੇ ਬਹਿ ਗਿਆ ਤਾਂ ਰੱਬ ਬਚਾ ਗਿਆ, ਨਹੀਂ ਤਾਂ ਜਿੱਦਾਂ ਦਾ ਹਾਦਸਾ ਹੋਇਆ ਸੀ ਕੋਈ ਬੱਚੇ ਨੇ ਬਲਾ ਨਹੀਂ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਬਸ ਛੱਟਾਂ ਛੁੱਟਾਂ ਲੱਗੀਆਂ, ਕੋਈ ਨਹੀਂ। ਸਾਰੇ ਸਵਾਰੀ ਦੇ ਲੱਗੀਆਂ, ਸਵਾਰੀਆਂ ਆਪੇ ਦੌੜ ਗਈਆਂ ਪਰ। ਔਰ ਜਿਹੜੀ ਮੈਂ ਕਿਹਾ ਭਗਵੰਤ ਸਰਕਾਰ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ SS ਸੁਰੱਖਿਆ ਜਿਹੜੀ ਫੋਰਸ ਜਿਹੜੀ ਤਨਾਤ ਸੀ, ਕਿੰਨੀ ਦੇਰ ਬਾਅਦ ਪਹੁੰਚੀ ਹੈ? ਹਾਂਜੀ, ਇਹ ਕਿੰਨੀ ਦੇਰ ਬਾਅਦ ਪਹੁੰਚੀ ਹੈ? ਹਾਂਜੀ ਹਾਂਜੀ ਸਰ, ਐਕਸੀਡੈਂਟ ਹੋਇਆ, ਕੀ ਕਾਰਨ ਹੈ? ਇਹ ਕਾਰਨ ਤਾਂ ਇਸ ਤਰ੍ਹਾਂ ਵੀ ਬੱਸ ਜ਼ਿਆਦਾ ਰਫ਼ਤਾਰ ਤੇਜ਼ ਸੀ, ਬੱਸ ਸੀ ਉਹਨੇ ਉਹ ਟਰੈਕਟਰ ਟਰਾਲੀ ਦੇ ਵਿੱਚ ਪਿੱਛੋਂ ਦੀ ਮਾਰਿਆ, ਇਹਨਾਂ ਦੇ ਟੱਕਰ ਹੋਣ ਨਾਲ ਡਰਾਈਵਰ ਉੱਪਰ ਉੱਛਲ ਕੇ ਅੱਗੇ ਜਾ ਗਿਰਿਆ, ਉਹਨੂੰ ਹੋਸਪਿਟਲ ਭੇਜ ਦਿੱਤਾ ਗਿਆ। ਸਵਾਰੀਆਂ ਦੇ ਥੋੜ੍ਹਾ ਬਹੁਤ ਸੱਟਾਂ ਲੱਗੀਆਂ, ਅਤੇ ਸੜਕ ਸੁਰੱਖਿਆ ਜਿਹੜੀ ਸੇਵਾ ਇਹਨਾਂ ਨੇ ਪੁਲਿਸ ਆ ਉਹ ਆ ਗਈ ਸੀ ਜੀ, ਅਸੀਂ ਉਹਨਾਂ ਦੇ ਨਾਲ ਭੇਜਤਾ ਸੀ। ਮੈਂ ਇੱਥੋਂ ਜਾ ਰਿਹਾ ਸੀ ਅਤੇ ਸੂਹੇ ਤੋਂ ਮੁਗੇਰੀਆਂ ਆਪਦੇ ਆਫਿਸ ਆ ਰਿਹਾ ਸੀ ਅਤੇ ਉਦੋਂ ਦੇਖਿਆ ਜੀ ਐਕਸੀਡੈਂਟ ਹੋਇਆ। ਬਚਾ ਹੀ ਰਿਹਾ ਜਾਂ ਕੋਈ? ਬਚਾ ਹੀ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ, ਮਗਰ ਇੱਕ ਸਕਾਰਪੀਓ ਗੱਡੀ ਵੀ ਵੱਜੀ ਹੈ ਜੀ। ਠੀਕ ਹੈ, ਸਕਾਰਪੀਓ ਗੱਡੀ ਵਾਲਾ ਮੁੰਡਾ ਵੀ ਠੀਕ ਹੈ ਪਰ ਬਹੁਤ ਜ਼ੋਰ ਨਾਲ ਵੱਜੀ ਹੈ, ਬੱਸ ਦਾ ਡਰਾਈਵਰ ਉਦੋਂ ਹੀ ਦੌੜ ਗਿਆ।